ਮੈਂ ਕਿਹਾ ਚਾਚਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਤੀਜ, ਸਤਿ ਸ੍ਰੀ ਅਕਾਲ। ਚਾਚਾ ਜੀ ਤੁਹਾਨੂੰ ਪਤਾ ਕੀ ਤੁਹਾਡੇ ਛਣਕਾਟੇ ਆਏ ਨੂੰ ਮੁੱਦਤਾਂ ਬੀਤ ਗਈਆਂ? ਚਲੋ ਮੰਨਿਆ, ਮੇਰੇ ਛਣਕਾਟੇ ਆਏ ਨੂੰ ਤਾਂ ਮੁੱਦਤਾਂ ਬੀਤ ਗਈਆਂ, ਕਦੇ ਸੋਚਿਆ ਭਤੀਜ ਤੇ ਨੀਲੂ ਨੂੰ ਵੀ ਮੇਰੇ ਘਰੇ ਆਏ ਨੂੰ ਇੱਕ ਯੁੱਗ ਬੀਤ ਗਿਆ? ਚਾਚਾ ਜੀ ਭਲਾ ਮੈਂ ਤਾਂ ਕੰਮਾਂ ਕਾਰ ਵਾਲਾ ਬੰਦਾ, ਉਹ ਵਿਹਲੀ ਵਕੀਲ ਵੀ ਨੀ ਮਿਲੀ। ਮਿਲੀ ਕਿਉਂ ਨੀ ਮਿਲੀ? ਅੱਜ ਮੁੱਦਤਾਂ ਦੇ ਵੱਧ ਉਹ ਮੈਨੂੰ ਹਸਪਤਾਲ ਵਿੱਚ ਟੱਕਰੀ, ਉਹਦੀ ਗੋਦੀ ਚਾਰਨੇ ਆਣੇ ਸੀ ਮੇਰੇ ਗੁਰਦੇ ਦੇ ਵਿੱਚ ਪੱਥਰੀ। ਚਾਚਾ ਜੀ ਤੁਹਾਡੇ ਗੁਰਦੇ 'ਚ ਪੱਥਰੀ ਕਿਵੇਂ ਆ ਗਈ? ਮਾੜੇ ਖਾਣ ਪੀਣ ਕਰਕੇ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਅਸੀਂ ਮਿਲਟਸ ਜਾਣੀ ਕਿ ਮੋਟਾ ਅਨਾਜ ਖਾ ਕੇ ਵੀ ਪਤਲੇ ਸੀ, ਜਾਣੀ ਕਿ ਤੰਦਰੁਸਤ ਹੁੰਦੇ ਸੀ। ਉਹ ਅਸੀਂ ਤਰੱਕੀਆਂ ਕਰ ਕਰਕੇ ਦੇਸ਼ ਦਾ ਅੰਨ ਭੰਡਾਰ ਤਾਂ ਜ਼ਰੂਰ ਵਧਾਇਆ, ਪਰ ਇਹਦੀ ਖਾਤਰ ਸਾਡੇ ਪੰਜਾਬ ਨੇ ਬਹੁਤ ਕੁਛ ਗਵਾਇਆ, ਬਹੁਤ ਕੁਛ ਗਵਾਇਆ। ਚਾਚਾ ਜੀ ਫਿਰ ਚਾਨਣਾ ਪਾਓ ਕਿ ਸਾਲ 2023 ਨੂੰ UNO ਨੇ ਮਿਲਟ ਨੂੰ ਅੰਤਰਰਾਸ਼ਟਰੀ ਵਰੇ ਵਜੋਂ ਕਿਉਂ ਅਪਣਾਇਆ। ਹੁਣ ਦੇਣੀ ਚਾਨਣਾ ਪਾ ਦਈਏ। ਕੀ
ਹੁਣ ਦੱਸੋ ਭਰਾਵੋ, ਮਿਲਟਸ ਦਾ ਮੋਟਾ ਅਨਾਜ ਖਾਣਾ ਜਾਂ ਹਸਪਤਾਲ ਜਾਣਾ?